ਬੀਤੇ ਦਿਨੀ ਬਿਆਸ ਵਿੱਚ ਕ੍ਰਿਸਚਨ ਸਕੂਲ ਵਿੱਚ ਵਿਦਿਆਰਥੀਆਂ ਨਾਲ ਹੋਈ ਜ਼ਬਰਦਸਤੀ ਤੋਂ ਬਾਅਦ ਕ੍ਰਿਸਚਨ ਸੰਸਥਾਵਾਂ ਵੱਲੋਂ ਅੱਜ ਜਲੰਧਰ 'ਚ ਇੱਕ ਪ੍ਰੈਸ ਮਿਲਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਈਸਾਈ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਕੁਝ ਵਪਾਰੀ ਵਰਗ ਨਾਲ ਸੰਬੰਧਿਤ ਲੋਕ ਜੋ ਕਿ ਸਿੱਖਿਆ ਸੰਸਥਾਵਾਂ ਨਾਲ ਜੁੜੇ ਹੋਏ ਹਨ, ਉਹਨਾਂ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਆਸ ਵਿੱਚ ਵਿਦਿਆਰਥੀਆਂ ਦੇ ਨਾਲ ਹੋਏ ਜ਼ਬਰਦਸਤੀ ਸੰਬੰਧੀ ਉਹਨਾਂ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ 'ਚ ਆਪਣਾ ਕੰਮ ਕਰ ਰਿਹਾ ਹੈ, ਦੋਸ਼ੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ ਖੁਦ ਹੀ ਸੁਣੋ ਕੀ ਕਹਿਣਾ ਹੈ ਇਸ ਸੰਬੰਧੀ ਸੰਸਥਾਵਾਂ ਦੇ ਆਗੂਆਂ ਦਾ। ਮੇਰਾ ਨਾਮ ਹੈ ਫਾਦਰ ਜੌਨ ਗਰੇਵਾਲ ਅਤੇ ਮੈਂ ਡਾਇਸਿਸ ਆਫ ਜਲੰਧਰ ਦਾ ਇੱਕ ਪ੍ਰੀਸਟ ਹਾਂ, ਫਾਦਰ ਹਾਂ ਅਤੇ ਇੱਕ ਮੈਂਬਰ ਹਾਂ ਡਾਇਸਿਸ ਦਾ। ਮੋਟਿਵ ਇਹ ਹੈ ਕਿ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜੇ ਕੁਝ ਸਮਿਆਂ ਤੋਂ ਸਾਡੀ ਡਾਇਸਿਸ ਦੇ ਆਗੂਆਂ ਕਹਿ ਲਓ ਜਾਂ ਇੰਸਟੀਟਿਊਸ਼ਨਸ ਕਹਿ ਲਓ, ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੋ ਸਾਨੂੰ ਮਹਿਸੂਸ ਹੋ ਰਿਹਾ ਹੈ। ਪਰ ਉਹ ਕੌਣ ਹੈ ਜੇ ਕਿ ਕਿਹੜੇ ਤਰੀਕੇ ਨਾਲ ਕਰਦਾ, ਕੋਈ ਈਵੈਂਟ ਹੋਣ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਅਤੇ ਬਾਕੀ ਜੋ ਰਿਪੋਰਟ ਆਏਗੀ ਅਸੀਂ ਐਪਲੀਕੇਸ਼ਨ ਨਾਲ ਦਿੱਤੀਆਂ ਹੋਈਆਂ ਅਤੇ ਜੋ ਸਾਨੂੰ ਉੱਪਰੋਂ ਆਏਗਾ ਸਾਨੂੰ ਆਫੀਸਰਸ ਦੱਸਣਗੇ, ਪ੍ਰਸ਼ਾਸਨ ਦੱਸੇਗਾ ਕਿ ਵੀ ਇਹ ਬੰਦੇ ਆ ਇਸ ਤਰੀਕੇ ਨਾਲ ਪਾਏ ਗਏ ਆ, ਇਹ ਏਜੰਸੀ ਪਾਈ ਗਈ ਆ, ਅਤੇ ਜੇ ਉਹਨਾਂ ਦੇ ਖਿਲਾਫ਼ ਐਕਸ਼ਨ ਹੋਣੇ ਚਾਹੀਦੇ। ਨਹੀਂ, ਇਸ ਇੰਸੀਡੈਂਟ ਤੋਂ ਬਾਅਦ ਨਹੀਂ, ਮਤਲਬ ਕਾਫ਼ੀ ਸਮੇਂ ਤੋਂ ਲੱਗ ਰਿਹਾ ਹੈ। ਕੁਛ ਸਾਡੀਆਂ ਜਿਹੜਾ ਸਕੂਲਾਂ ਦੇ ਕੋਈ ਫੀਸ ਦੇ ਮਾਮਲੇ 'ਚ ਆ ਗਏ, ਸਾਡੀ ਫੀਸ ਸਭ ਤੋਂ ਘੱਟ ਫੀਸ ਅਤੇ ਸਾਡੇ ਵੈਲਿਊ ਐਜੂਕੇਸ਼ਨ ਅਤੇ ਬਹੁਤ ਵਧੀਆ ਤਰੀਕੇ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਆ, ਅਤੇ ਹੋ ਸਕਦਾ ਵੀ ਕੋਈ ਜਿਹੜੇ ਬਿਜ਼ਨਸਮੈਨ ਵੀ ਹੋ ਸਕਦੇ ਆ ਕਿ ਜਿਹੜੇ ਇਹਦੇ ਪਿੱਛੇ ਹੋਣ, ਜਾਂ ਕੋਈ ਪੋਲੀਟੀਸ਼ੀਅਨ ਵੀ ਹੋ ਸਕਦੇ ਆ ਜਿਹੜੇ ਬਿਜ਼ਨਸ ਕਰ ਰਹੇ ਆ, ਕੋਈ ਵੀ ਇਹਦੇ ਪਿੱਛੇ ਹੋ ਸਕਦਾ ਆ, ਪਰ ਅਸੀਂ ਐਗਜ਼ੈਕਟ ਕਹਿ ਨਹੀਂ ਸਕਦੇ। ਪਰ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਸੰਸਥਾਵਾਂ ਦੇ ਪਿੱਛੇ ਕੋਈ ਪਿਆ ਹੈ, ਕਿਉਂਕਿ ਇਹ ਜੋ ਇੰਸੀਡੈਂਟ ਹੋਇਆ ਜੋ ਬਿਆਸ ਦਾ, ਉਹ ਤਾਂ ਅਸੀਂ ਮੰਨਦੇ ਹਾਂ ਕਿ ਬਹੁਤ ਹੀ ਦੁੱਖਦਾਇਕ ਘਟਨਾ ਸੀ। ਪਰ ਉਸ ਤੋਂ ਬਾਅਦ ਜੋ ਲੁਧਿਆਣੇ ਦੇ ਵਿੱਚ ਹੋਇਆ, ਉਹ ਸਾਨੂੰ ਮਹਿਸੂਸ ਹੋ ਰਿਹਾ ਕਿ ਵੀ ਉਹ ਗਲਤ ਸਾਨੂੰ ਸਾਡੀ ਛਵੀ ਖਰਾਬ ਕਰਨ ਦੇ ਲਈ ਇਹ ਕੰਮ ਕੀਤਾ ਗਿਆ। ਕਾਰਵਾਈ ਜੋ ਵੀ ਗੁਨਾਹ, ਪਹਿਲੀ ਗੱਲ ਤਾਂ ਅਸੀਂ ਪ੍ਰਸ਼ਾਸਨ ਨੂੰ ਸਭ ਕੁਛ ਦੇ ਦਿੱਤਾ ਹੋਇਆ ਹੈ ਉਹਨਾਂ ਦੇ ਹੱਥਾਂ 'ਚ, ਜੋ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਕਾਰਵਾਈ ਚੱਲ ਰਹੀ ਆ, ਅਤੇ ਜੋ ਵੀ ਫੈਸਲਾ ਹੋਏਗਾ ਉਹ ਡਾਇਸਿਸ ਨੂੰ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਏਗਾ, ਕਿਉਂਕਿ ਉਹ ਤਾਂ ਜੇ ਕੋਈ ਗਲਤ ਹੈ ਤਾਂ ਸਜ਼ਾ ਮਿਲਣਾ ਬਹੁਤ ਹੀ ਜ਼ਰੂਰੀ ਹੈ। ਅੱਜ ਤੁਹਾਨੂੰ ਦੱਸ ਦਈਏ ਕਿ 13 ਦਸੰਬਰ ਨੂੰ ਬਿਆਸ ਦੇ ਕ੍ਰਿਸ਼ਨ ਸਕੂਲ 'ਚ ਪੜ੍ਹਦੀ ਦੂਜੀ ਜਮਾਤ ਦੀ 8 ਸਾਲਾ ਵਿਦਿਆਰਥਣ ਨਾਲ ਉਸੇ ਸਕੂਲ ਦੇ ਹੀ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਪਿੱਛੋਂ ਪੁਲਿਸ ਨੇ ਦੋਸ਼ੀ ਦੱਸੇ ਜਾ ਰਹੇ ਵਿਦਿਆਰਥੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ, ਪਰ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਕੂਲ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਲੰਧਰ ਤੋਂ ਜਤਿੰਦਰ ਸ਼ਰਮਾ, ਡੇਲੀ ਪੋਸਟ, ਪੰਜਾਬੀ।